ਅਸੀਂ ਆ ਗਏ ਹੁਣ ਮਾਨਸਾ ਦੇ ਰਸਤੇ ਤੇ ਜਿੱਥੇ ਨੇੜੇ ਸ਼ਮਸ਼ਾਨ ਘਾਟ ਵੀ ਆ, ਅੱਡਾ ਵੀ ਆ, ਦੁਕਾਨਾਂ ਵੀ ਆ। ਅੱਡੇ ਦਾ ਇੱਥੇ ਇੰਤਜ਼ਾਮ ਕੋਈ ਨਹੀਂ। ਅਸੀਂ ਪੰਚਾਇਤ ਨੂੰ ਵੀ ਕਹਿ ਤਾ, ਪਹਿਲਾਂ ਮੰਤਰੀਆਂ ਨੂੰ ਵੀ ਕਈ ਵਾਰੀ ਲਿਖਾ ਤਾ, ਮਾਤਾ ਭੈਣਾਂ ਆ ਥੱਲੇ ਬੈਠੀਆਂ ਨੇ, ਕੋਈ ਇੰਤਜ਼ਾਮ ਨਹੀਂ। ਅਸੀਂ ਪੰਚਾਇਤਾਂ ਨੂੰ ਵੀ ਪਤਾ ਹੀ ਹੈਗਾ, ਕੋਈ ਇੱਥੇ ਆਹ ਕੋਲ ਮਾਨਸਾ ਨੂੰ ਰਸਤਾ ਜਾਂਦਾ, ਜਮਾਂ ਮਾੜਾ ਜਿਹਾ ਨਹੀਂ ਪਏ ਤੋਂ ਗੰਦਗੀ ਫੈਲ ਜਾਂਦੀ ਸਾਡੇ ਗਰੀਬਾਂ ਦੇ ਘਰਾਂ ਦੇ ਬਾਰਾਂ 'ਚ ਰੂੜੀਆਂ, ਕੋਈ ਰੂੜੀਆਂ ਨੂੰ ਥਾਂ ਨਹੀਂ ਦਿੰਦੇ ਇੱਥੇ। ਕੋਈ ਇੱਥੇ ਗਰੀਬ ਲੋਕਾਂ ਨਾਲ ਐਸੀ ਲੋਕਾਂ ਨਾਲ ਧੱਕਾ ਹੁੰਦਾ ਗਾ। ਆਹ ਕੋਲ ਸ਼ਮਸ਼ਾਨ ਘਾਟ ਹੈ, ਜਦੋਂ ਮੀਂਹ ਕਣੀ ਆਉਂਦੀ ਆ ਖੰਡ ਤੋਂ ਬੜੇ ਤੰਗ ਹੈ, ਨਾ ਪੰਚਾਇਤ ਆਪਦਾ ਪਾ ਕੇ ਦਿੰਦੀਆਂ, ਨਾ ਹੀ ਸਰਕਾਰ ਸੁਣਦੀ ਹੈ। ਅਸੀਂ ਪਹਿਲਾਂ ਵੀ ਇਨਕਲਾਬੀਆਂ ਕਈ ਵਾਰੀ ਲਾ ਚੁੱਕੇ, ਆਹ ਸਾਰੇ ਜਿੰਨੇ ਵੀ ਖੜ੍ਹੇ ਹੈ ਉਹ ਖੜ੍ਹ ਕੇ ਇੱਥੇ ਵਾਸਤੇ ਘੰਟਾ ਖੜ੍ਹਨਾ ਪਵੇ, ਕੋਈ ਕੁਰਸੀ ਨਹੀਂ, ਕੋਈ ਇੱਥੇ ਬੈਠਣ ਖੜ੍ਹਨ ਨੂੰ ਜਗ੍ਹਾ ਨਹੀਂ ਹੈ। ਆਹ ਜਿੰਨਾ ਰਸਤਾ ਜਾਂਦਾ ਗੰਦਗੀ ਫੈਲ ਜਾਂਦੀ ਹੈ, ਇੱਥੇ ਕੋਈ ਕੁਰਸੀ ਨਹੀਂ ਪਾਈ, ਕੋਈ ਸੜਕ ਨਹੀਂ ਬਣੀ। ਆਹ ਸਾਰੇ ਵੀ ਜਿੰਨੇ ਵੀ ਐਸੀ ਲੋਕ ਆ ਇਸ ਸਾਈਡ 'ਤੇ ਰਹਿੰਦੇ ਆ, ਇੱਥੇ ਸਰਕਾਰੀ 71-72 ਦੀਆਂ ਕਲੋਨੀਆਂ ਪਾਈਆਂ ਹੋਈਆਂ ਨੇਗੀਆਂ, ਕੋਈ ਇੱਥੇ ਆਹ ਨਾਲਾ ਬਣਿਆ ਹੋਇਆ ਨਾਲਾ ਬੰਦ ਹੈ, ਬਸ ਕੋਈ ਇੱਥੇ ਸਾਡੇ SC BC ਲੋਕਾਂ ਦਾ ਬੁਰਾ ਹਾਲ ਹੈ, ਕੋਈ ਨਹੀਂ ਸੁਣ ਰਿਹਾ ਸਾਡੇ ਨਿਰਮਲ ਗ੍ਰਾਮ ਯੋਜਨਾ। ਰਾਸ਼ਟਰਪਤੀ ਵਾਰਡ ਮਿਲਿਆ ਹੋਇਆ, ਅਸੀਂ ਮਨੁੱਖੀ ਅਧਿਕਾਰ ਨੂੰ ਵੀ ਚਿੱਠੀਆਂ ਕੱਢ ਚੁੱਕੇ ਹਾਂ, ਪੰਜਾਬ ਸਰਕਾਰ ਨੂੰ ਚਿੱਠੀਆਂ, DC ਨੂੰ ਚਿੱਠੀਆਂ, ਮਤਲਬ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਚਿੱਠੀਆਂ ਆ ਚੁੱਕੀਆਂ। ਸਾਡੇ ਇੱਥੇ ਇਨਕੁਆਇਰੀ ਨਹੀਂ ਹੋਈ, ਅਸੀਂ ਇੰਨਾ ਚਾਹੁੰਦੇ ਹੋਏ ਹਾਂ ਸਾਡੀ ਸਰਕਾਰ ਸੁਣੇ, ਨਹੀਂ ਪੰਚਾਇਤਾਂ ਸੁਣਦੀਆਂ, ਸਰਕਾਰ ਆ ਕੇ ਸਾਡਾ ਮੌਕਾ ਦੇਖੇ।